ਦਿਆਲਪੁਰੇ ਵਾਲੇ ਦੀ ਐਨ ਚਰਚਾ ਹੋ ਰਹੀ ਹੈ। ਪਹਿਲਾਂ ਤਾਂ ਵੀਰੇ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਨੂੰ। ਅਸੀਂ ਭਾਈ ਲਾਈਵ ਕਬੱਡੀ ਦਾ ਧੰਨਵਾਦ ਸਾਰੇ ਵੀਰਾਂ ਦਾ। ਪਹਿਲਾਂ ਤਾਂ ਵੀ ਦੱਸੋ ਖੇਡ ਕਬੱਡੀ ਆ ਵੱਡੇ ਲੈਵਲ ਤੇ ਵੱਡੇ ਪਰਦੇ ਤੇ ਹੋ ਰਹੀ ਕੈਨੇਡਾ ਚ, ਕਿਵੇਂ ਲੱਗ ਰਿਹਾ ਹੈਗਾ? ਬੋਡੀ ਵਧੀਆ ਚੱਲ ਰਹੀ ਹੈ? ਹਾਂਜੀ ਹਾਂਜੀ ਭਾਈ, ਪੂਰਾ ਵਧੀਆ ਲੱਗ ਰਿਹਾ। ਤੇ ਆਪਣੇ ਟੋਰਾਂਟੋ ਮੈਚ ਤੇ ਨਾ ਸੱਟ ਲੱਗ ਗਈ ਸੀ ਪਹਿਲੇ, ਤੇ ਹੁਣ ਉਹ ਰਿਕਵਰੀ ਹੋ ਰਹੀ ਆ ਤੇ ਉਹਦਾ ਕਰਕੇ ਥੋੜਾ ਜਿਹਾ। ਹਾਂਜੀ, ਇੱਕ ਜਦੋਂ ਕਬੱਡੀ ਦੀ ਗੱਲ ਹੁੰਦੀ ਆ ਬਠਿੰਡੇ ਏਰੀਏ ਦੀ ਗੱਲ, ਤੁਹਾਡਾ ਨਾਂ ਚਮਕ ਰਿਹਾ ਆ ਰਿਹਾ ਵੀ 17 ਦੇ ਵਿੱਚ ਵਧੀਆ ਰੇਡਰਾਂ ਦੇ ਵਿੱਚ, ਬਹੁਤ ਥੋੜੇ ਪਲੇਅਰ ਹੋਏ ਆ ਏਰੀਏ ਦੇ, ਕੀ ਕਾਰਨ ਕੀ ਲੱਗਦਾ? ਕਾਰਨ ਭਾਈ ਉਦਾਂ ਵਾ ਵੀ ਸਾਡੀ ਕਬੱਡੀ ਥੋੜੀ ਕਿਸੇ ਨੇ ਬਾਹ ਨਹੀਂ ਫੜੀ ਪਿੱਛੋਂ, ਕੋਈ ਪ੍ਰਮੋਟਰ ਬਹੁਤ ਘੱਟ ਆ, ਉੱਧਰ ਪਲੇਅਰ ਬਹੁਤ ਹੁੰਦੇ ਆ ਪਰ ਉਹ ਉੱਧਰ ਹੀ ਖੇਡ ਕੇ ਪਿੰਡ ਵਾਰ ਖੇਡ ਕੇ ਤੇ ਉੱਥੇ ਹੀ ਰਹਿ ਜਾਂਦੇ ਆ। ਇੱਥੇ ਕੋਈ ਪ੍ਰਮੋਟਰ ਵੇਲੇ ਬਾਹ ਫੜੇ ਜਿਹੜਾ ਬਾਹਰ ਸੱਦੇ ਨਾ, ਬਹੁਤ ਵਧੀਆ ਹੋਊਗਾ। ਜੇ ਬਾਹਰ ਆਉਂਦਾ ਖਿਡਾਰੀ ਤਾਂ ਹੀ ਫਿਰ ਛਾਉਂਦਾ ਹਨਾ, ਥੋੜਾ ਲੋਕਾਂ 'ਚ ਪਤਾ ਲੱਗਦਾ, ਵੱਧਦਾ ਮਤਲਬ ਕੌਨਫੀਡੈਂਸ ਵੱਧਦਾ ਭਾਈ ਆਪਣਾ ਹਨਾ, ਬਹੁਤ ਵਧੀਆ ਹੁੰਦਾ। ਕਿੰਨੇ ਕੁ ਸਾਲ ਹੋ ਗਏ ਤੁਹਾਨੂੰ, ਕਦੋਂ ਕੋ ਮੌਕਾ ਮਿਲਿਆ, ਕਿੰਨੇ ਸਾਲਾਂ ਬਾਅਦ ਹੋਣਾ? ਉਦਾਂ ਖੇਡਦੇ ਤਾਂ ਨਿੱਕੇ ਹੁੰਦੇ ਸੀ, ਮਤਲਬ ਓਪਨ 2020 'ਚ ਹੀ ਖੇਲਣ ਲੱਗੇ ਸੀਗੇ। ਹਾਂਜੀ, ਉਦੋਂ ਬਾਅਦ ਕੋਵਿਡ ਆ ਗਿਆ ਤੇ ਹੁਣ ਬਾਹਰ ਆ ਗਏ। ਹਾਂਜੀ, ਜਦੋਂ ਕੋਵਿਡ ਆਇਆ ਉਦੋਂ ਆਪਣਾ ਵੀਜ਼ਾ ਲੱਗਿਆ ਹੋਇਆ ਨਿਊਜ਼ੀਲੈਂਡ ਦਾ, ਉਦੋਂ ਕੋਵਿਡ, ਫਿਰ ਪਿਛਲੇ ਸਾਲ ਇੰਗਲੈਂਡ ਖੇਡਿਆ ਤੇ ਉਦੋਂ ਸਾਰਾ ਸੀਜ਼ਨ ਦੇ ਬੈਸਟ ਸੀ ਆਪਾਂ ਇੰਗਲੈਂਡ। ਹਾਂਜੀ, ਪੂਰੇ ਸੀਜ਼ਨ ਦੇ ਕਿੰਨੀਆਂ ਰੇਡਾਂ ਪਾਈਆਂ, ਕਿੰਨੇ ਨੰਬਰ ਸੀ ਗਿਣੇ ਕੋਈ ਕਿ ਨਹੀਂ? ਇੱਦਾਂ ਨਹੀਂ ਗਿਣੇ ਭਾਈ, ਉਦਾਂ ਉਹਨਾਂ ਨੇ ਕੱਢਿਆ ਸੀਗਾ ਤੇ ਇੱਥੇ ਆਏ, ਇੱਥੇ ਵੀ ਵਧੀਆ ਖੇਡੇ, 3 ਕੱਪ ਚੌਥੇ ਕੱਪ ਤੇ ਸੱਟ ਲੱਗ ਗਈ ਤੇ ਉਹਦਾ ਕਰਕੇ ਹੁਣ ਅੱਜ ਖੇਡ ਰਹੇ ਆ। ਦੇਖੋ ਕਿਦਾਂ ਕਿਵੇਂ ਹੁਣ ਬੋਡੀ ਸੈਟ ਆ, ਪੂਰੀ ਫਿੱਟ ਆ ਭਾਈ, ਬਸ ਇੰਜਰੀ ਸਹੀ ਹੋ ਜਾਏ ਬਾਬਾ ਕਿਰਪਾ ਕਰੇ। ਹਾਂਜੀ, ਟੀਮ ਦੇ ਨਾਲ ਕਿਵੇਂ ਲੱਗਦਾ? ਵੱਡੀ ਟੀਮ ਆ, ਸਾਰੇ ਵੱਡੇ ਖਿਡਾਰੀ ਸੀਨੀਅਰ ਵੀ ਖੇਡ ਰਹੇ ਆ, ਸੀਨੀਅਰ ਪਲੇਅਰ ਹੀ ਵਧੀਆ ਲੱਗਦਾ ਉਹਨਾਂ ਨਾਲ ਖੇਡ ਕੇ, ਥੋੜਾ ਪ੍ਰੈਸ਼ਰ ਵੀ ਹੁੰਦਾ ਹੈਗਾ ਪਲੇਅਰਾਂ ਦਾ ਹਨਾ, ਆਪਣੇ ਸੀਨੀਅਰ ਪਲੇਅਰ ਹੁੰਦੇ ਆ ਜਦੋਂ ਨਾਲ। ਹਾਂਜੀ ਹਾਂਜੀ, ਤੁਸੀਂ ਕਿਹਾ ਵੀ ਛੋਟੇ ਵੇਟ ਤੋਂ ਸ਼ੁਰੂਆਤ ਕਰੀ, ਉਦੋਂ ਕਿਹੜੇ ਖਿਡਾਰੀ ਵੱਲ ਦੇਖ ਕੇ, ਕੋਈ ਪਿੰਡ ਦਾ ਸੀ ਜਾਂ ਬਾਹਰੋਂ ਕੋਈ ਉਹਦੇ ਵੱਲ ਦੇਖ ਕੇ ਗਏ ਗਰਾਊਂਡ ਵੱਲ? ਮਤਲਬ ਆਪਾਂ ਵਰਲਡ ਕੱਪ ਨਹੀਂ ਹੋਇਆ ਸੀ ਭਾਈ, ਉਦੋਂ ਵਰਲਡ ਕੱਪ ਚੱਲਦੇ ਹੁੰਦੇ ਸੀਗੇ, ਉਹ ਵਰਲਡ ਕੱਪ ਦੇਖ ਕੇ ਸ਼ੁਰੂ ਹੋਏ, ਜਿਵੇਂ ਪਾਲੇ ਭਾਈ ਵਰਗੇ, ਦੁੱਲੇ ਵਰਗੇ ਖੇਡਦੇ ਹੁੰਦੇ ਬਾਈ ਵਰਗੇ। ਪਾਕਿਸਤਾਨ ਦੇ ਕਈ ਖਿਡਾਰੀਆਂ ਨਾਲ ਗੱਲ ਕਰੀ, ਕਹਿੰਦੇ ਵੀ ਵਰਲਡ ਕੱਪ ਜਦੋਂ ਟੀਮ ਗਈ ਨਾ, ਚਿਸ਼ਤੀ ਵਰਗੇ ਬਹੁਤ ਬੂਸਟ ਮਿਲਿਆ ਉਹ ਚੀਜ਼ਾਂ ਨਾਲ। ਠੀਕ ਗੱਲ ਹੈ ਬਾਈ, ਬਹੁਤ ਫਰਕ ਪਿਆ ਉਦੋਂ, ਆਪਣੀ ਕਬੱਡੀ ਬਹੁਤ ਉੱਤੇ ਗਈ ਪੰਜਾਬ ਦੀ। ਹਾਂਜੀ, ਗੁੱਡ ਲੱਕ, ਸ਼ੁਭ ਸ਼ਾਮ। ਠੀਕ ਹੈ ਬਾਈ, ਦੋਸਤੋ ਇਸੀ ਕਰਨ ਦਿਆਲਪੁਰੇ ਦੀ ਧਰਤੀ ਦਾ